ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਦਾ ਸਵਾਗਤ ਦੇਸ਼ ਪ੍ਰਦੇਸ ਲਾਈਵ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ ਜੀ। ਮੈਂ ਕਵਿਤਾ ਸਿੰਘ ਹਾਜ਼ਰ ਤੇ ਸਾਡੇ ਅੱਜ ਦੇ ਸਟੱਡੀ ਵੀਜ਼ਾ ਐਕਸਪਰਟ ਮੈਡਮ ਗੁਰਪ੍ਰੀਤ ਨੇ ਜੀ ਕ੍ਰੀਏਟਿਵ ਫਿਊਚਰ ਤੋਂ ਸਾਡੇ ਨਾਲ। ਹੈਲੋ ਮੈਮ, ਵੈਲਕਮ ਟੂ ਦੀ ਸ਼ੋ। ਹੈਲੋ ਜੀ, ਥੈਂਕ ਯੂ। ਸੋ ਗੁਰਪ੍ਰੀਤ ਮੈਮ ਅਕਸਰ ਜੀ ਇੱਥੇ ਸਾਡੇ ਇਸ ਮੰਚ ਦੇ ਉੱਪਰ ਹਾਜ਼ਰ ਰਹੇ ਨੇ ਜੀ, ਸਾਡੇ ਸਟੂਡੈਂਟਸ ਦੇ ਵਾਸਤੇ, ਸਾਡੇ ਦਰਸ਼ਕਾਂ ਦੇ ਵਾਸਤੇ, ਲਾਈਵ ਇਹਨਾਂ ਦੇ ਨਾਲ ਗੱਲਬਾਤ ਕਰਨ ਦੇ ਵਾਸਤੇ, ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੇ ਵਾਸਤੇ। ਤੇ ਫਿਲਹਾਲ ਜੀ ਤੁਸੀਂ ਇਹਨਾਂ ਦੇ ਨਾਲ ਹੁਣ ਜੇ ਮੁਲਾਕਾਤ ਕਰਨੀ ਹੈ ਤਾਂ ਤੁਸੀਂ ਇਹਨਾਂ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ, ਨੰਬਰ ਦੇ ਉੱਤੇ ਕਾਲ ਕਰਨੀ ਹੈ, ਅਪੁਆਇੰਟਮੈਂਟ ਲੈ ਲਿਆ ਕਰੋ ਸੋ ਦੈਟ ਕਿ ਸਮਾਂ ਖਰਾਬ ਨਾ ਹੋਏ। ਸੋ ਜਿਨ੍ਹਾਂ ਨੇ ਵੀ ਵਿਦੇਸ਼ ਜਾਣਾ, ਸੋ ਅੱਜ ਇੱਕ ਵਾਰ ਫਿਰ ਤੋਂ ਅਸੀਂ ਗੱਲਬਾਤ ਕਰਾਂਗੇ ਜੀ, ਕੈਨੇਡਾ, ਆਸਟ੍ਰੇਲੀਆ, ਯੂਕੇ ਹੋ ਗਿਆ, ਹਾਲਾਂਕਿ ਅਸੀਂ ਨਿਊਜ਼ੀਲੈਂਡ ਦੀ ਵੀ ਪਿੱਛੇ ਜੇ ਕਈ ਸ਼ੋਜ਼ ਦੇ ਵਿੱਚ ਗੱਲਬਾਤ ਕੀਤੀ ਹੈ ਕਿ ਨਿਊਜ਼ੀਲੈਂਡ ਵੀ ਓਪਨ ਹੈ, ਜਿਨ੍ਹਾਂ ਸਟੂਡੈਂਟਸ ਨੇ ਅਪਲਾਈ ਕਰਨਾ ਹੁੰਦਾ ਸਟੱਡੀ ਵੀਜ਼ਾ ਦੇ ਉੱਪਰ, ਜਿਨ੍ਹਾਂ ਨੇ ਜਾਣਾ ਹੈ ਵਿਦੇਸ਼, ਉਹ ਅਪਲਾਈ ਕਰ ਸਕਦੇ ਨੇ। ਸੋ ਕੈਨੇਡਾ ਦੇ ਰਿਜ਼ਲਟਸ ਵੀ ਆ ਰਹੇ ਨੇ ਜੀ, ਪਿੱਛੇ ਜੇ ਅਸੀਂ ਗੱਲਬਾਤ ਕੀਤੀ ਸੀਗੀ ਕਿ ਨੋਨ ਐਸਟੀਐਸ ਦੇ ਵੀ ਇਸ ਵਾਰੀ ਵੀਜ਼ਾ ਜਿਹੜੇ ਹੈਗੇ ਨੇ ਵਧੀਆ ਵੇਖਣ ਨੂੰ ਮਿਲ ਰਹੇ ਨੇ। ਫਿਲਹਾਲ ਮੇ ਇਨਟੇਕ ਤੋਂ ਇਲਾਵਾ ਸਪਟੈਂਬਰ ਦੇ ਜਿਹੜੀਆਂ ਐਡਮਿਸ਼ਨਸ ਨੇ ਉਹ ਵੀ ਚੱਲ ਰਹੀਆਂ ਨੇ, ਪਰ ਕੁਝ ਖਾਸ ਅਪਡੇਟ ਨਿਕਲ ਕੇ ਆ ਰਹੀ ਹੈ ਇਸ ਵਾਰੀ 2023 ਜਿਹੜੇ ਸਟੂਡੈਂਟਸ ਨੇ ਅਪਲਾਈ ਕਰਨਾ ਹੋਏਗਾ, ਲੱਗਦਾ ਵੀ ਕੁਝ ਚੇਂਜਸ ਆ ਸਕਦੇ ਨੇ। ਦੇਖੋ ਕਵਿਤਾ ਜੀ, ਫਿਲਹਾਲ ਤਾਂ ਕੋਈ ਵੀ ਇਹੋ ਜਿਹੀ ਚੇਂਜਸ ਨਹੀਂ ਹੈ, ਕਿਉਂਕਿ ਮੈਂ ਇੱਥੇ ਕੁਝ ਵੀ ਬੋਲ ਕੇ ਚਲਾ ਜਾਵਾਂ ਜਾਂ ਮੈਂ ਸਟੂਡੈਂਟ ਨੂੰ ਇਸ ਚੀਜ਼ ਨੂੰ ਅਵੇਅਰ ਕਰਾਂ ਕਿ ਆਉਣ ਵਾਲੇ ਟਾਈਮ 'ਚ ਜਨਵਰੀ 2023 ਦੇ ਵਿੱਚ ਬਹੁਤ ਸਾਰੀਆਂ ਚੇਂਜਿਸ ਆਉਣ ਵਾਲੀਆਂ ਜਾਂ ਆ ਸਕਦੀਆਂ ਨੇ। ਫਿਲਹਾਲ ਸਾਡੇ ਕੋਲ ਕੋਈ ਅਪਡੇਸ਼ਨ ਨਹੀਂ ਹੈ, ਜੇ ਕੋਈ ਗਵਰਨਮੈਂਟ ਵੱਲੋਂ ਚੇਂਜਿਸ ਆਈ ਜਾਂ ਸਾਡੇ ਕੋਲ ਕੋਈ ਵੀ ਅਪਡੇਸ਼ਨ ਆਈ ਤਾਂ ਅਸੀਂ ਤੁਹਾਨੂੰ ਅਪਡੇਟ ਕਰਦੇ ਰਹਾਂਗੇ। ਬਾਕੀ ਉੱਥੋਂ ਦੇ ਜਿਹੜੇ ਪ੍ਰਾਈਮ ਮਿਨਿਸਟਰਸ ਨੇ, ਉੱਥੋਂ ਦੀਆਂ ਗਵਰਨਮੈਂਟਸ ਨੇ, ਉਹਨਾਂ ਵੱਲੋਂ ਕਾਫੀ ਸ਼ੋਰਟਿਸ ਦਿੱਤੀਆਂ ਜਾ ਰਹੀਆਂ ਕਿ ਜੋ 2022 'ਚ ਜਿਹੜਾ ਸਾਡਾ ਸਟੂਡੈਂਟ ਉੱਥੇ ਜਿਹੜਾ ਨਹੀਂ ਪਹੁੰਚ ਸਕਿਆ ਉਹ 2023 ਤੱਕ ਜ਼ਰੂਰ ਜਾਏਗਾ। 2023 ਤੱਕ ਉਹਨਾਂ ਵੱਲੋਂ ਸਾਡੇ ਨਾਲ ਕਾਫੀ ਜਿਹੜੀਆਂ ਬੈਕ ਟੂ ਬੈਕ ਮੀਟਿੰਗਸ ਤੋਂ ਬਾਅਦ ਇੱਕ ਇਹ ਸਲਿਊਸ਼ਨ ਨਿਕਲਿਆ ਕਿ ਜਿਹੜਾ ਸਕਸੈਸ ਰੇਟ ਘਟਿਆ ਸੀਗਾ ਆਉਣ ਵਾਲੇ ਟਾਈਮ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਸੈਟਲ ਡਾਊਨ ਹੋਣਗੀਆਂ, ਬਿਨਾਂ ਵਜ੍ਹਾ ਕਿਸੇ ਬੱਚੇ ਨੂੰ ਰਿਫਿਊਜ਼ ਨਹੀਂ ਕੀਤਾ ਜਾਊਗਾ। ਕਿਉਂਕਿ ਵਿੱਚ ਜੇ ਬਹੁਤ SDS ਪ੍ਰੋਫਾਈਲ ਵੀ ਜਿਹੜੀਆਂ ਸਾਡੀਆਂ ਉੱਡੀਆਂ ਸੀਗੀਆਂ ਉਹਦੇ ਬਿਹਾਵ 'ਤੇ ਅਸੀਂ ਸਟੇਟ ਵਾਈਜ਼ ਉੱਥੋਂ ਦੀ ਗੌਰਮੈਂਟ ਨਾਲ ਬੈਕ ਟੂ ਬੈਕ ਜਿਹੜੀਆਂ ਕਨਵਰਸੇਸ਼ਨ ਹੈ, ਵੈਬੀਨਾਰ ਅਸੀਂ ਕਰ ਰਹੇ ਹਾਂ, ਕਿਉਂਕਿ ਸਾਨੂੰ ਵੀ ਕਿਤੇ ਨਾ ਕਿਤੇ ਟੈਂਸ਼ਨ ਹੁੰਦੀ ਹੈ ਕਿ ਸਾਡਾ ਜਿਹੜਾ ਬੱਚਾ ਹੈ ਉਹ ਸਟੱਕ ਨਾ ਹੋਵੇ, ਜਿਹੜਾ ਕੈਨੇਡਾ ਅਪਲਾਈ ਕਰਨਾ ਚਾਹੁੰਦਾ, ਇੱਕ ਜੈਨੂਅਨ ਸਟੂਡੈਂਟ ਆ ਉੱਥੇ ਪਹੁੰਚ ਸਕੇ। ਬਾਕੀ ਕੁਛ ਕਮਿਊਨਿਟੀ ਕੰਪਲੇਂਟਸ ਵੀ ਰਹੀਆਂ ਪਿੱਛੇ ਜੇ, ਅਤੇ ਉਹਨਾਂ ਚੀਜ਼ਾਂ ਨੂੰ ਰਿਜ਼ੋਲਵ ਕਰਨ ਦੀ ਉੱਥੋਂ ਦੇ MPs ਥਰੂ, ਉੱਥੋਂ ਦੀ ਗਵਰਨਮੈਂਟ ਥਰੂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਬਾਕੀ ਸਾਡੇ ਵੱਲੋਂ ਜਿਹੜੀ ਚੀਜ਼ ਦੱਸੀ ਜਾਂਦੀ ਹੈ SOP, ਪੇਪਰ ਵਰਕ ਆਪਣਾ ਪ੍ਰੋਪਰ ਕੰਪਲੀਟ ਕਰਿਆ ਕਰੋ, ਤਾਂ ਕਿ ਤੁਹਾਨੂੰ ਵੀਜ਼ਾ ਅਫਸਰ ਜਿਹੜਾ ਹੈ ਕਿ ਪ੍ਰੋਫਾਈਲ ਨੂੰ ਦੇਖਣ ਤੋਂ ਬਾਅਦ ਇੱਕ ਅੱਛਾ ਰਿਵਿਊ ਜਨਰੇਟ ਕਰ ਸਕੇ, ਨਾ ਕਿ ਬੈਡ ਰਿਵਿਊ ਜਿਹੜਾ ਤੁਹਾਡਾ ਜਨਰੇਟ ਹੋ ਕੇ ਤੁਹਾਨੂੰ ਰਿਫਿਊਜ਼ ਕੀਤਾ ਜਾਵੇ। ਇਹ ਚੀਜ਼ਾਂ ਦਾ ਆਪਾਂ ਧਿਆਨ ਰੱਖਣਾ ਹੈ। ਕੋਈ ਵੀ ਕੰਟਰੀ ਆ, ਚਾਹੇ ਕੈਨੇਡਾ ਹੈ, ਨਿਊਜ਼ੀਲੈਂਡ ਆ, ਆਸਟ੍ਰੇਲੀਆ, UK ਆ, ਵਿਦਆਊਟ ਤੁਹਾਡੇ ਪੇਪਰ ਵਰਕ, ਤੁਹਾਡੇ ਪ੍ਰੋਪਰ ਜਿਹੜੇ ਸਿਸਟਮ 'ਚ ਪਏ ਤੋਂ ਬਿਨਾਂ ਤੁਹਾਨੂੰ ਵੀਜ਼ਾ ਗ੍ਰਾਂਟ ਨਹੀਂ ਕਰੂਗਾ। ਪਿੱਛੇ ਜੇ ਇੱਕ ਬੱਚਿਆਂ ਨੇ ਜਿਹੜੀਆਂ ਚੀਜ਼ਾਂ ਮਿਸਮੈਨੇਜ ਹੋਈਆਂ ਬੱਚਿਆਂ ਤੋਂ, ਉਹ ਹੁਣ ਮੈਂ ਕਹਿੰਦੀ ਹਾਂ ਆਪਾਂ ਅੱਗੇ ਨਾ ਕਰੀਏ, ਕਿਉਂਕਿ ਮੋਸਟਲੀ ਬੱਚਿਆਂ ਦੀ ਪ੍ਰੋਬਲਮ ਹੁੰਦੀ ਆ, ਉਹਨਾਂ ਦੇ ਆਪਣੇ ਫੰਡ ਨਹੀਂ ਹੁੰਦੇ, ਜਾਂ ਬੱਚਿਆਂ ਦੇ ਕੋਲ ਮੋਸਟਲੀ ਪ੍ਰੋਬਲਮ ਹੁੰਦੀ ਆ ਕਿ ਕੱਲ੍ਹ ਦੇ ਦਿਨ GIC ਕਿਸੇ ਹੋਰ 2-4 ਅਕਾਊਂਟ ਦੇ ਵਿੱਚੋਂ ਇਕੱਠਾ ਕਰਕੇ ਪਾਉਣਾ ਹੁੰਦਾ ਹੈ, ਜਾਂ ਟਿਊਸ਼ਨ ਫੀਸ ਆਪਣੇ ਅਕਾਊਂਟ 'ਚੋਂ ਨਹੀਂ, ਦਾਦਾ ਦਾਦੀ ਆ, ਜਾਂ ਕੋਈ ਹੋਰ ਰਿਲੇਸ਼ਨ 'ਚੋਂ, ਜਾਂ ਕੋਈ ਮੈਨੇਜ ਕਰਕੇ ਪੈਸਾ ਪਾਉਣਾ, ਉਹ ਚੀਜ਼ਾਂ ਅਸੀਂ ਆਲਰੇਡੀ ਮੈਨੇਜਡ ਰੱਖੀਏ। ਜਦੋਂ ਅਸੀਂ 6 ਮਹੀਨੇ ਪਹਿਲਾਂ ਸੋਚ ਲਿਆ ਕਿ ਅਸੀਂ ਅਪਲਾਈ ਕਰਨਾ ਹੀ ਕਰਨਾ, ਅਸੀਂ ਬਾਹਰ ਜਾਣਾ, ਅਤੇ ਉਹ ਚੀਜ਼ਾਂ ਸਾਡੀਆਂ ਮੈਨੇਜਡ ਹੋਣ, ਕਿਉਂਕਿ ਵੀਜ਼ਾ ਅਫਸਰ ਵੀ ਇਸ ਟਾਈਮ ਦੇਖ ਰਿਹਾ ਹੈ ਪੈਸਾ ਕਿਹੜੇ ਖਾਤੇ 'ਚੋਂ ਆ ਰਿਹਾ, ਕਿਹੜੇ ਅਕਾਊਂਟ 'ਚੋਂ ਆ ਰਿਹਾ, ਫੰਡਿੰਗ ਕਿੱਥੋਂ ਜਾ ਰਹੀ ਹੈ, ਜਾਂ ਫਿਰ ਤੁਸੀਂ ਆਪਣੇ ਕੰਸਲਟੈਂਟ ਥਰੂ ਉਹ ਚੀਜ਼ਾਂ ਜਿਹੜੀਆਂ ਮੈਨੇਜ ਕਰਨੀਆਂ ਪਹਿਲਾਂ ਹੀ ਤਿਆਰ ਕਰ ਦਿਆ ਕਰੋ, ਗਾਈਡੈਂਸ ਲੈਣੀ, ਕਿਉਂਕਿ ਕੋਈ ਵੀ ਕੰਸਲਟੈਂਟ ਇਹ ਨਹੀਂ ਕਹਿੰਦਾ ਪਹਿਲਾਂ ਮੇਰੀ ਕੰਪਨੀ ਦੀ ਫੀਸ ਪਾਓ ਫਿਰ ਮੈਂ ਤੁਹਾਨੂੰ ਗਾਈਡੈਂਸ ਦਊਂਗਾ। ਗਾਈਡੈਂਸ ਫ੍ਰੀ ਆਫ ਕੋਸਟ ਉਹ ਲੈਣੀ ਸਟਾਰਟ ਕਰ ਦਿਆ ਕਰੋ ਤੁਸੀਂ। ਪਹਿਲਾਂ ਐਸ ਸੱਚ ਫੰਡਿੰਗ ਨੂੰ ਲੈ ਕੇ ਕੈਨੇਡਾ ਇੰਨਾ ਸਟ੍ਰਿਕਟ ਨਹੀਂ ਸੀਗਾ, ਬਟ ਸਿਰਫ ਠੀਕ ਹੈ ਜੀ ਤੁਸੀਂ GIC ਆਪਣਾ ਓਪਨ ਕਰਾਓ, ਅਕਾਊਂਟ ਉਹਦੇ ਵਿੱਚ ਜਮ੍ਹਾਂ ਕਰਾਓ, ਐਂਡ ਜਸਟ ਥੋੜ੍ਹਾ ਜਿਹਾ ਸੋਰਸ ਦੱਸ ਦਿਓ ਵੀ ਫਾਦਰ ਕੀ ਕਰਦੇ ਨੇ, ਮਦਰ ਕੀ ਕਰਦੇ ਨੇ। ਬਟ ਕਵਿਤਾ ਜੀ ਹੁਣ ਇਹ ਚੀਜ਼ਾਂ ਨਹੀਂ ਰਹੀਆਂ, ਕਿਉਂਕਿ ਕੋਵਿਡ ਦੇ ਟਾਈਮ 'ਤੇ ਜਦੋਂ ਵੀ ਸਲਿੱਪ ਮੰਗੀਆਂ ਗਈਆਂ ਸੀ, ਟਿਊਸ਼ਨ ਫੀਸ ਸਲਿੱਪ, ਉਹ ਕੋਈ ਵੀ ਮੈਨੇਜ ਹੋ ਕੇ ਐਮਬੈਸੀ ਦੇ ਵਿੱਚ ਨਹੀਂ ਗਈ ਸੀਗੀ, ਕਿਉਂਕਿ ਬੱਚੇ ਦਾ ਕੋਈ ਪੈਕੇਜ ਵਾਲਾ ਬੱਚਾ ਸੀ, ਕੋਈ ਬੱਚੇ ਨੇ ਕਰਵਾਉਣੀ ਬਾਅਦ ਦੇ ਵਿੱਚ ਸੀਗੀ, ਬਹੁਤ ਸਾਰਾ ਜਿਹੜਾ ਉਹ ਸਿਸਟਮ ਆ ਖਰਾਬ ਹੋਇਆ ਸੀਗਾ, ਕਿਉਂਕਿ ਵੀਜ਼ਾ ਅਫਸਰ ਨੂੰ ਉਮੀਦ ਸੀ ਕਿ ਬੱਚੇ ਦੇ ਅਕਾਊਂਟ 'ਚੋਂ ਹੀ ਜਿਹੜੀ ਆ ਟਿਊਸ਼ਨ ਫੀਸ ਜਿਹੜੀ ਆ ਟ੍ਰਾਂਸਫਰ ਹੋਈ ਹੋਊਗੀ, ਉਹੀ ਬੈਂਕ ਸਟੇਟਮੈਂਟ ਹੋਊਗੀ, ਉਹੀ ਸਲਿੱਪ ਹੋਏਗੀ। ਇੱਦਾਂ ਕਿ ਨਹੀਂ ਪੈਕੇਜ ਕਰ
ਕਰਕੇ ਪੈਕੇਜ ਕਰਕੇ ਵੀ ਇਹ ਚੀਜ਼ਾਂ ਮਿਸਮੈਨੇਜ ਹੋਈਆਂ, ਕੁਛ ਬੱਚਿਆਂ ਕੋਲ ਗਾਈਡੈਂਸ ਨਹੀਂ ਸੀ, ਜੇ ਚਾਰ ਅਕਾਊਂਟਾਂ ਦੇ ਵਿੱਚੋਂ ਉਹਨਾਂ ਨੂੰ ਪੈਸਾ ਮੈਨੇਜ ਕਰਕੇ ਟ੍ਰਾਂਸਫਰ ਕਰਨਾ ਚਾਹੀਦਾ ਸੀਗਾ, ਉਹ ਸਾਰਾ ਪੈਸਾ 2 ਲੱਖ ਉੱਥੋਂ ਟਿਊਸ਼ਨ ਫੀਸ ਪਵਾ ਰਹੇ, 2 ਲੱਖ ਉੱਥੋਂ ਕਈ ਕੁਛ ਬੱਚਿਆਂ ਦਾ ਇਹ ਵੀ ਹੁੰਦਾ ਹੈ ਕਿ ਮੇਰਾ ਭੈਣ ਭਰਾ ਉੱਧਰ ਆ ਉਹ ਪੈਸੇ ਜਮ੍ਹਾਂ ਕਰਾ ਦੇਗਾ, ਤੇ ਉਹ ਚੀਜ਼ਾਂ ਇੱਥੇ ਜਸਟੀਫਾਈ ਨਹੀਂ ਨਾ ਹੋ ਪਾਈਆਂ। ਪਰ ਇਹ ਨਾ ਵੀ ਹੁਣ ਕਈ ਸਟੂਡੈਂਟ ਜਿਹੜੇ ਅਪਲਾਈ ਕਰਦੇ ਨੇ ਉਹਨਾਂ ਕੋਲ ਫੰਡਿੰਗ ਨਹੀਂ ਹੈਗੀ, ਕਮੀ ਇੱਥੇ ਹੀ ਆ ਜਾਂਦੀ ਹੈ, ਜਾਂ ਫਿਰ ਜਿਹੜੇ ਲੈਕ ਕਰ ਜਾਂਦੇ ਨੇ ਸਟੂਡੈਂਟਸ ਕਿ ਜੀ ਸਾਡੇ ਕੋਲ ਫੰਡਸ ਹੈ ਨਹੀਂ, ਫੰਡਸ ਤੁਸੀਂ ਸ਼ੋਅ ਕਰਵਾ ਦਿਓ ਸਾਡੇ। ਦੇਖੋ ਕਵਿਤਾ ਜੀ, ਲੈਕ ਆਫ ਨੌਲੇਜ ਹੈ ਇਹ, ਜਿਹੜੀ ਲੈਕ ਆਫ ਮਨੀ ਨਹੀਂ ਇਹਨੂੰ ਕਹਿ ਸਕਦੇ, ਕਿਉਂਕਿ ਜਦੋਂ ਵੀ ਬੱਚਾ ਜਦੋਂ ਆਪਣੀ ਤਿਆਰੀ ਕਰਦਾ ਹੈ, ਚਾਹੇ ਉਹ ਫਾਈਨਾਂਸਰ ਤੋਂ ਵੀ ਫੰਡ ਅਰੇਂਜ ਕਰਦਾ ਹੈ, ਬਟ ਆਪਣਾ ਕੋਈ ਇਨਕਮ ਸੋਰਸ ਤਾਂ ਬੱਚੇ ਕੋਲ ਹੁੰਦਾ ਹੈ, ਕੋਈ ਉਹਦੇ ਕੋਲ ਫਾਈਨੈਂਸ਼ੀਅਲ ਡਾਕੂਮੈਂਟਸ ਤਾਂ ਹੁੰਦੇ ਆ, ਕੋਈ ITR ਪੇ ਕਰੀ ਹੁੰਦੀ ਆ, ਕੋਈ ਡੇਅਰੀ ਫਾਰਮਿੰਗ ਦਾ ਜਿਹੜਾ ਪਰੂਫ ਹੁੰਦਾ, ਉਹ ਪੇਪਰ ਵਰਕ ਕੰਪਲੀਟ ਹੋ ਗਏ ਜੇ ਪੈਸਾ ਉਹਦੇ ਉੱਥੇ ਦਿਖੇਗਾ ਵੀਜ਼ਾ ਅਫਸਰ ਨੂੰ ਕਿ ਹਾਂ ਬਈ ਇਹ ਸਰਕੂਲੇਸ਼ਨ ਇਹਦੇ ਬਿਜ਼ਨਸ 'ਚ ਘੁੰਮ ਰਿਹਾ, ਅਤੇ ਵੀਜ਼ਾ ਅਫਸਰ ਐਡਾ ਕੋਈ ਉਹ ਨਹੀਂ ਹੈ ਕਿ ਉਹ ਤੁਹਾਨੂੰ ਇਸ ਚੀਜ਼ ਨੂੰ ਜੱਜ ਨਹੀਂ ਕਰੂਗਾ ਜਾਂ ਬਿਨਾਂ ਦੇਖੇ ਤੁਹਾਨੂੰ ਰਿਫਿਊਜ਼ ਕਰ ਦੂਗਾ। ਚਾਹੇ ਤੁਸੀਂ ਫੰਡ ਇੱਕ ਫਾਈਨਾਂਸਰ ਤੋਂ ਵੀ ਅਰੇਂਜ ਕਰਾ ਰਹੇ ਹੋ, ਤਾਂ ਇੱਕ ਜੈਨੂਅਨ ਫੰਡ ਤਾਂ ਹੈਗੇ ਨਾ ਤੁਹਾਡੇ ਅਕਾਊਂਟ ਦੇ ਵਿੱਚ, ਉਹ ਤੁਸੀਂ ਕਿਤੋਂ ਵੀ ਉਧਾਰਾ ਲੈ ਕੇ ਪੈਸਾ ਆਪਦੇ ਅਕਾਊਂਟ 'ਚ ਤਾਂ ਜਮ੍ਹਾਂ ਕਰਾ ਰਹੇ ਹੋ ਨਾ, ਕਿਤੋਂ ਵੀ ਅਰੇਂਜ ਕਰਕੇ। ਇੱਕ ਕਿ ਪੈਸਾ ਹੋਣਾ ਹੀ ਨਾ ਕਿਸੇ ਦੇ ਅਕਾਊਂਟ 'ਚ ਸ਼ੋਅ ਕਰਨਾ। ਅੱਜ ਵੀ ਸਟੂਡੈਂਟ ਸਾਡੇ ਕੋਲ ਆਉਂਦਾ ਕਿ ਥਰਡ ਪਾਰਟੀ ਫੰਡ ਚੱਲ ਜਾਣਗੇ, ਥਰਡ ਪਾਰਟੀ ਮਤਲਬ ਕਿ ਤੁਸੀਂ ਪੈਸਾ ਉਧਾਰਾ ਲੈ ਰਹੇ ਹੋ, ਕਿੱਥੇ ਤੁਸੀਂ ਫਾਈਨਾਂਸਰ ਤੋਂ ਅਰੇਂਜ ਕਰਕੇ ਆਪਣੇ ਅਕਾਊਂਟ ਦੇ ਵਿੱਚ ਪਾ ਰਹੇ ਹੋ। ਔਰ ਲੈਕ ਆਫ ਮਨੀ ਨਹੀਂ ਆਪਾਂ ਉਹਨੂੰ ਕਹਿ ਸਕਦੇ, ਲੈਕ ਆਫ ਨੌਲੇਜ ਹੁੰਦੀ ਹੈ, ਕਿਉਂਕਿ ਥਰਡ ਪਾਰਟੀ ਵੀ ਜਦੋਂ ਬੱਚਾ ਫੰਡ ਦਿੰਦਾ ਉਹ ਵੀ ਅਰੇਂਜ ਕਰਕੇ ਹੀ ਦਿੰਦਾ, ਚਾਹੇ ਉਹ ਰਿਸ਼ਤੇਦਾਰ ਤੋਂ ਲੈਂਦਾ, ਉੱਥੇ ਵੀ ਉਹ ਕੁਛ ਨਾ ਕੁਛ ਇੰਟਰਸਟ ਪੇ ਕਰ ਰਿਹਾ ਹੁੰਦਾ। ਇਹ ਕਿ ਸਾਡੇ ਕੰਸਲਟੈਂਟ ਹੈ ਨਾ, ਮੇਰੇ ਖਿਆਲ 'ਚ ਇਹਨਾਂ ਵੱਲੋਂ ਵੀ ਬਹੁਤ ਜ਼ਿਆਦਾ ਆਪਸ਼ਨਸ ਰੱਖ ਦਿੱਤੀਆਂ ਜਾਂਦੀਆਂ ਨੇ ਵੀ ਸਟੂਡੈਂਟ ਕਿਤੇ ਜਾਵੇ ਹੀ ਨਾ, ਫਿਰ ਚਾਹੇ ਉਹ ਡਾਕੂਮੈਂਟਸ ਦੀ ਗੱਲ ਕਰ ਲਈਏ, ਚਾਹੇ ਉਹ ਗੈਪ ਜਸਟੀਫਿਕੇਸ਼ਨ ਨੂੰ ਲੈ ਕੇ ਗੱਲ ਕਰ ਲਈਏ, ਜਿੱਦਾਂ ਹੁਣ ਅਸੀਂ ਫੰਡਿੰਗ ਦੀ ਗੱਲ ਕਰ ਰਹੀ ਹੈ ਕਿ ਕੰਸਲਟੈਂਟ ਦੇ ਵੱਲੋਂ ਖੁਦ ਹੀ ਆਪਸ਼ਨ ਦੇ ਦਿੱਤੇ ਜਾਂਦੇ ਵੀ ਜੇ ਤੇਰੇ ਕੋਲ ਆਹ ਚੀਜ਼ ਨਹੀਂ ਹੈਗੀ, ਕੋਈ ਨਾ ਜੀ ਅਸੀਂ ਬੈਠੇ ਤੁਹਾਡੀ ਮਦਦ ਕਰਨ ਦੇ ਵਾਸਤੇ। ਦੇਖੋ ਕਵਿਤਾ ਜੀ, ਕੰਸਲਟੈਂਟ ਦੇਖੋ ਹਰ ਬੰਦਾ, ਮੈਂ ਨਹੀਂ ਕਹਿੰਦੀ ਮੈਂ ਇੱਥੇ ਬਿਜ਼ਨਸ ਨਹੀਂ ਕਰ ਰਹੀ, ਹਰ ਬੰਦਾ ਬਿਜ਼ਨਸ ਲਈ ਬੈਠਾ ਜੀ। ਤੁਹਾਡੇ ਲਈ ਇੱਕ ਈਜ਼ੀ ਵੇ ਵੀ ਆ ਕਿ ਤੁਹਾਨੂੰ ਤੁਹਾਡਾ ਕਾਉਂਸਲਰ ਜਾਂ ਤੁਹਾਡਾ ਕੰਸਲਟੈਂਟ ਤੁਹਾਨੂੰ ਇੱਕ ਫਾਈਨਾਂਸਰ ਗਾਈਡ ਕਰ ਰਿਹਾ ਹੈ, ਕੱਲ੍ਹ ਦੇ ਦਿਨ ਰਿਫਿਊਜ਼ਲ ਦੀ ਜ਼ਿੰਮੇਵਾਰੀ ਵੀ ਕੰਸਲਟੈਂਟ ਫਿਰ ਚੱਕੂਗਾ ਕਿ ਫੰਡ ਦੇ ਵਜ੍ਹਾ ਨਾਲ ਜੇ ਰਿਫਿਊਜ਼ਲ ਆਉਂਦੀ ਆ। ਦੂਸਰੀ ਗੱਲ ਇਹ ਆ ਕਿ ਜੇ ਤੁਸੀਂ ਜਿਹੜੇ ਥਰਡ ਪਾਰਟੀ ਫੰਡ ਹੋ ਉਹ ਤੁਹਾਡੇ ਅਕਾਊਂਟ ਦੇ ਵਿੱਚ ਤੁਹਾਡਾ ਕੋਈ ਵੀ ABC ਬੰਦਾ ਜਮ੍ਹਾਂ ਨਹੀਂ ਕਰਾਉਂਦਾ, ਉਹ ਜਦੋਂ ਕੰਸਲਟੈਂਟ ਤੁਹਾਨੂੰ ਗਾਈਡ ਕਰਦਾ ਉਹਦੀ ਫਾਈਨਾਂਸਰ ਨਾਲ ਮੀਟਿੰਗ ਹੁੰਦੀ ਹੈ ਕਿ ਮੇਰਾ ਬੱਚਾ ਜੇ ਉਹਦੇ ਅਕਾਊਂਟ ਦੇ ਵਿੱਚ ਪੈਸਾ ਸ਼ੋਅ ਹੋਊਗਾ ਤਾਂ ਹੀ ਵੀਜ਼ਾ ਮਿਲੂਗਾ, ਅਦਰਵਾਈਜ਼ ਵੀਜ਼ਾ ਰਿਜੈਕਟ ਹੋ ਸਕਦਾ ਬੱਚੇ ਦਾ, ਤਾਂ ਉੱਥੇ ਉਹ ਚੀਜ਼ ਪ੍ਰੋਪਰ ਤਰੀਕੇ ਨਾਲ ਮੈਨੇਜ ਹੁੰਦੀ ਆ। ਕੰਸਲਟੈਂਟ ਦਾ ਕੰਮ ਹੈ ਤੁਹਾਨੂੰ ਮੈਨੇਜ ਕਰਕੇ ਦੇਣਾ ਪ੍ਰੋਪਰ ਵੇ ਨਾਲ ਚੀਜ਼ਾਂ ਨੂੰ। ਜੇ ਬੱਚੇ ਦੇ ਆਪਦੇ ਅਕਾਊਂਟ ਦੇ ਵਿੱਚ ਪੈਸਾ ਹੈ, ਆਪਦੀ ਗੈਪ ਜਸਟੀਫਿਕੇਸ਼ਨ ਹੈ, ਤਾਂ ਕੋਈ ਵੀ ਕੰਸਲਟੈਂਟ ਤੁਹਾਨੂੰ ਇਹ ਨਹੀਂ ਕਹੂਗਾ ਕਿ ਮੈਂ ਦਿੰਦਾ, ਅਤੇ ਨਾਲੇ ਤੁਸੀਂ ਕੰਸਲਟੈਂਟ ਤੋਂ ਕਿਉਂ ਲਓਗੇ, ਕਿਉਂਕਿ ਤੁਸੀਂ ਵੀ ਇੰਨੇ ਬੱਚੇ ਨਹੀਂ ਹੋ, ਇੰਨੀ ਵੀ ਲੈਕ ਆਫ ਨੌਲੇਜ ਨਹੀਂ ਹੋ ਕਿ ਆਪਣੀ ਚੀਜ਼ ਨੂੰ ਪਿੱਛੇ ਰੱਖ ਕੇ ਜਿਹੜੇ ਡਾਕੂਮੈਂਟਸ ਕੰਸਲਟੈਂਟ ਦਊਗਾ ਉਹਦੇ ਡਾਕੂਮੈਂਟਸ ਦੇ ਉੱਤੇ ਵਰਕਆਊਟ ਕਰੋ, ਕਿਉਂਕਿ ਇਸ ਟਾਈਮ ਬੱਚਾ ਵੀ ਸਿਆਣਾ ਹੋ ਚੁੱਕਿਆ ਹੈ, ਕੰਸਲਟੈਂਟ ਆਪਣਾ ਬਿਜ਼ਨਸ ਜਿਹੜਾ ਉਹ ਰਨ ਕਰਨ ਦੇ ਲਈ ਚੀਜ਼ਾਂ ਕਰ ਰਿਹਾ। ਚੌਥੀ ਗੱਲ ਇਹ, ਤੀਜੀ ਗੱਲ ਇਹੀ ਹੈ ਕਿ ਉਹਦੇ ਵਿੱਚ ਕਿਤੇ ਨਾ ਕਿਤੇ ਬੱਚੇ ਦੀ ਵੀ ਭਲਾਈ ਹੈਗੀ ਆ ਜਦੋਂ ਕੰਸਲਟੈਂਟ ਵੱਲੋਂ ਇਹ ਚੀਜ਼ਾਂ ਮੈਨੇਜ ਕਰਕੇ ਦਿੱਤੀਆਂ ਜਾਂਦੀਆਂ ਜੀ। ਅੱਛਾ, ਹੁਣ ਇਸ ਵੇਲੇ ਨਾ ਮਾਰਕੀਟ ਦੇ ਵਿੱਚ ਥੋੜ੍ਹਾ ਜਿਹਾ ਇਸ ਇੰਡਸਟਰੀ ਦੇ ਵਿੱਚ ਇਹ ਜ਼ਰੂਰ ਸ਼ੋਰ ਚੱਲ ਰਿਹਾ ਆਫਰ ਲੈਟਰ ਨੂੰ ਲੈ ਕੇ, ਸਟੂਡੈਂਟ ਦੀ ਜਿਹੜੀ ਕੰਪਲੇਂਟ ਸੁਣਨ ਨੂੰ ਮਿਲ ਰਹੀਆਂ ਨੇ ਕਿ ਹਾਂਜੀ ਇੰਨਾ ਟਾਈਮ ਹੋ ਗਿਆ ਸਾਡੀ ਆਫਰ ਲੈਟਰ ਨਹੀਂ ਆਈ, ਅਗਰ ਆਈ ਵੀ ਹੈ ਸਟੂਡੈਂਟ ਨੂੰ ਤਾਂ ਉਹ ਨਕਲੀ ਦੀ ਜਾਂ ਕੋਈ ਫੇਕ ਜਿਹੜੀ ਹੈਗੀ ਉਹਨੂੰ ਪ੍ਰੋਵਾਈਡ ਹੋ ਰਹੀਆਂ ਹੈਗੀਆਂ ਨੇ, ਇਹਦੇ ਵਿੱਚ ਵੀ ਰਿਐਲਿਟੀ ਕਿਹੜੀ ਕੰਟਰੀ ਦੀ ਆਪਾਂ ਆਸਟ੍ਰੇਲੀਆ ਦੀ ਅਗਰ ਮੈਂ ਗੱਲ ਕਰਾਂ? ਦੇਖੋ ਕਵਿਤਾ ਜੀ, ਆਸਟ੍ਰੇਲੀਆ ਦੀ ਜੇ ਆਪਾਂ ਗੱਲ ਕਰੀਏ, ਨਕਲੀ ਆਫਰ ਲੈਟਰ ਆ ਜਾਂ ਅਸਲੀ ਆਫਰ ਲੈਟਰ ਆ, ਹੁਣ ਕੰਸਲਟੈਂਟ ਦਾ ਉੱਥੇ ਟਾਈਜ਼ ਨਹੀਂ ਹੈਗੀਆਂ, ਜਾਂ ਕੰਸਲਟੈਂਟ ਨੇ ਤੁਹਾਨੂੰ ਬਣਾ ਕੇ ਦੇ ਦਿੱਤੀ, ਜਾਂ ਕੰਸਲਟੈਂਟ ਨੇ, ਕਿਉਂਕਿ ਆਪਣੇ ਵੱਲੋਂ ਤਾਂ ਅਸੀਂ ਕਹਿ ਦਿੱਤਾ ਸੀ ਪਹਿਲਾਂ ਸਟੂਡੈਂਟ ਨੂੰ ਕਿ ਹਾਂਜੀ ਇੰਨੇ ਟਾਈਮ ਦੇ ਵਿੱਚ ਤੁਹਾਡੀ ਆਫਰ ਲੈਟਰ ਆ ਗਈ ਆ ਜਾਏਗੀ, ਬਟ ਜਦੋਂ ਨਹੀਂ ਆ ਰਹੀ ਤਾਂ ਫਿਰ ਠੀਕ ਹੈ ਜੀ, ਉਹਨੂੰ ਕੁਛ ਤਾਂ ਕਿਸੇ ਪਾਸੋਂ ਤਾਂ ਉਹਨੂੰ ਸ਼ਾਂਤ ਰੱਖਣਾ ਸਟੂਡੈਂਟ। ਦੇਖੋ ਉਹਦੇ ਵਿੱਚ ਦੇਖੋ ਇੱਕ ਆਫਰ ਲੈਟਰ ਜਾਂ ਬਣਾ ਕੇ ਦਿੱਤੀ ਜਾ ਸਕਦੀ ਆ, ਕਨਫਰਮੇਸ਼ਨ ਆਫ ਇਨਰੋਲਮੈਂਟ ਦੇ ਉੱਤੇ ਕਵਿਤਾ ਜੀ ਕਦੀ ਵੀ ਕੋਈ ਇਹ ਚੀਜ਼ ਨਹੀਂ ਹੋ ਸਕਦੀ, ਕਿਉਂਕਿ ਆਫਰ ਲੈਟਰ ਦੇ ਉੱਤੇ ਤੁਹਾਡੀ ਫਾਈਲ ਜਿਹੜੀ ਉਹ ਪੁੱਟ ਆਨ ਨਹੀਂ ਹੋਣੀ, ਉਹਦਾ ਤੁਸੀਂ ਸਮ ਟਾਈਮ ਲਈ ਕੋਈ ਵੀ ਕੰਸਲਟੈਂਟ ਤੁਹਾਨੂੰ ਹੋਲਡ ਕਰ ਸਕਦਾ, ਐਂਡ ਆਫ ਆਲ ਉਹ ਚੀਜ਼ ਸਾਹਮਣੇ ਤਾਂ ਆਉਣੀ ਆਉਣੀ ਆ, ਠੀਕ ਹੈ। ਜਿਹੜੀ ਕਨਫਰਮੇਸ਼ਨ ਆਫ ਇਨਰੋਲਮੈਂਟ ਆ ਉਹਨੂੰ ਐਡਿਟ ਕਰਕੇ ਕੋਈ ਦੁਨੀਆ ਦੀ ਤਾਕਤ ਨਹੀਂ ਦੇ ਸਕਦੀ, ਅਤੇ ਵਿਦਆਊਟ ਕਨਫਰਮੇਸ਼ਨ ਆਫ
ਇਨਰੋਲਮੈਂਟ ਤੁਹਾਡੀ ਫਾਈਲ ਐਂਬੈਸੀ ਦੇ ਵਿੱਚ ਪੁੱਟ ਆਨ ਹੀ ਨਹੀਂ ਹੋ ਸਕਦੀ ਤੇ ਇਹਨਾਂ ਚੀਜ਼ਾਂ ਦਾ ਤਾਂ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਕਿਸੇ ਵੱਲੋਂ ਤੁਹਾਨੂੰ ਆਫਰ ਲੈਟਰ ਜਾਲੀ ਦੇ ਕੇ ਤੁਹਾਡੀ ਫਾਈਲ ਐਂਬੈਸੀ ਦੇ ਵਿੱਚ ਪੁੱਟ ਆਨ ਹੋ ਜੂਗੀ ਉਹ 10 ਦਿਨ 15 ਦਿਨ 20 ਦਿਨ ਆਪਣੇ ਸਟੂਡੈਂਟ ਨੂੰ ਹੋਲਡ ਕਰ ਲੂਗਾ ਐਂਡ ਆਫ ਆਲ ਸਟੂਡੈਂਟ ਦੇ ਸਾਹਮਣੇ ਉਹ ਚੀਜ਼ਾਂ ਆਣੀਆਂ ਹੀ ਆਣੀਆਂ ਐਂਡ ਆਫ ਦੀ ਡੇਟ ਸਟੂਡੈਂਟ ਨੂੰ ਪਤਾ ਲੱਗਣਾ ਹੀ ਲੱਗਣਾ ਹੈ ਕਿ ਮੇਰੀ ਆਫਰ ਲੈਟਰ ਨਹੀਂ ਦਿੱਤੀ ਜਾ ਰਹੀ ਜਾਂ ਮੈਨੂੰ ਕੁਝ ਮੈਨੂਪਲੇਟ ਕੀਤਾ ਜਾ ਰਿਹਾ ਜਾਂ ਮੈਨੂੰ ਫੇਕ ਕੋਈ ਡਾਕੂਮੈਂਟ ਪ੍ਰੋਵਾਈਡ ਕੀਤਾ ਜਾ ਰਿਹਾ ਤਾਂ ਹੀ ਮੇਰੀ ਫਾਈਲ ਜਿਹੜੀ ਆ ਐਂਬੈਸੀ ਦੇ ਵਿੱਚ ਪੁੱਟ ਆਨ ਨਹੀਂ ਹੋ ਰਹੀ ਇਸ ਕਰਕੇ ਆਸਟ੍ਰੇਲੀਆ ਦੇ ਵਿੱਚ ਤਾਂ ਕੋਈ ਵੀ ਫੇਕ ਡਾਕੂਮੈਂਟ ਲਾਉਣਾ ਜਾਂ ਬਣਾ ਕੇ ਦੇਣਾ ਦੋਨਾਂ ਚੀਜ਼ਾਂ ਦੀ ਜਿਹੜੇ ਆ ਉਹ ਸਾਫ ਸਾਫ ਚੀਜ਼ਾਂ ਸਾਹਮਣੇ ਆ ਜਾਂਦੀਆਂ ਇੱਥੇ ਕੋਈ ਵੀ ਕਿਸੇ ਤਰ੍ਹਾਂ ਦੀ ਆਸਟ੍ਰੇਲੀਆ ਕੰਟਰੀ ਦੇ ਵਿੱਚ ਮੈਨੂਪਲੇਸ਼ਨ ਨਹੀਂ ਚੱਲ ਸਕਦੀ ਚਲੋ ਕੈਨੇਡਾ ਵਰਗੇ ਕੰਟਰੀ 'ਚ ਮੈਂ ਚੀਜ਼ਾਂ ਨੂੰ ਕਿਤੇ ਨਾ ਕਿਤੇ ਕਹਿ ਦਿੰਦੀ ਹਾਂ ਕਿ ਕੋਈ ਦੇ ਦਿੱਤੀ ਹੋਊਗੀ ਪਰ ਆਸਟ੍ਰੇਲੀਆ ਦੇ ਵਿੱਚ ਐਵੇਂ ਦੀ ਮੈਨੂਪਲੇਸ਼ਨ ਨਹੀਂ ਹੋ ਸਕਦੀ ਜੀ ਸੋ ਫਿਲਹਾਲ ਸਾਡੇ ਅੱਜ ਦੇ ਸਟੱਡੀ ਵੀਜ਼ਾ ਐਕਸਪਰਟ ਮੈਡਮ ਗੁਰਪ੍ਰੀਤ ਨੇ ਜੀ ਕ੍ਰੀਏਟਿਵ ਫਿਊਚਰ ਤੋਂ ਐਂਡ ਦੇਸ਼ ਪਰਦੇਸ ਲਾਈਵ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ ਸੋ ਸਾਡੇ ਸਟੂਡੈਂਟਸ ਜੀ ਜਿੱਥੇ ਅਸੀਂ ਸਵਾਲ ਸੁਣਦੇ ਹਾਂ ਤੁਹਾਡੇ ਪ੍ਰੋਫਾਈਲਸ ਡਿਸਕਸ ਕਰਦੇ ਹਾਂ ਤਾਂ ਉੱਥੇ ਅਸੀਂ ਤੁਹਾਡੀਆਂ ਕੰਪਲੇਂਟਸ ਨੂੰ ਵੀ ਸਵੀਕਾਰ ਕਰਦੇ ਹਾਂ ਜੀ ਐਕਸੈਪਟ ਕਰਦੇ ਹਾਂ ਸੋ ਉਹਨਾਂ ਨੂੰ ਵੀ ਅਸੀਂ ਡਿਸਕਸ ਕਰਦੇ ਹਾਂ ਵੀ ਹਾਂਜੀ ਅਗਰ ਸਾਡੇ ਸਟੂਡੈਂਟਸ ਦੇ ਨਾਲ ਇੱਦਾਂ ਹੋਇਆ ਤਾਂ ਉਹਦਾ ਰੀਜ਼ਨ ਕੀ ਹੈ ਜਾਂ ਇੱਦਾਂ ਕਿਉਂ ਹੋਇਆ ਜਾਂ ਇਹਨੂੰ ਕਿਸ ਤਰ੍ਹਾਂ ਅਸੀਂ ਰੋਕ ਸਕਦੇ ਹਾਂ ਜਾਂ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਸਾਡੇ ਸਟੂਡੈਂਟਸ ਨੂੰ ਜਿਹੜੀ ਹੈਗੀ ਹੈ ਹੈਲਪ ਹੋ ਸਕਦੀ ਹੈ ਸੋ ਫਿਲਹਾਲ ਜੀ ਤੁਸੀਂ ਕਾਲ ਕਰ ਸਕਦੇ ਹੋ ਇਹਨਾਂ ਨੰਬਰਸ ਦੇ ਉੱਤੇ ਜਿਹੜੇ ਇਸ ਵੇਲੇ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਜਾਂ ਤੁਸੀਂ ਸਾਨੂੰ ਸਾਡੇ ਸੋਸ਼ਲ ਮੀਡੀਆ ਦੇ ਉੱਪਰ ਦੇਖ ਰਹੇ ਹੋ ਪੇਜਸ ਦੇ ਉੱਪਰ ਤਾਂ ਤੁਸੀਂ ਸੇਮ ਨੰਬਰ ਦੇ ਉੱਤੇ ਕਾਲ ਜ਼ਰੂਰ ਕਰ ਸਕਦੇ ਹੋ ਅੱਛਾ ਮੈਕਸੀਮਮ ਕਿੰਨਾ ਟਾਈਮ ਤੁਸੀਂ ਮੰਨ ਕੇ ਚੱਲਦੇ ਹੋ ਇੱਕ ਸਟੂਡੈਂਟ ਨੂੰ ਸੈਟਿਸਫਾਈ ਕਰਨ ਦੇ ਵਾਸਤੇ ਕਿ ਹਾਂਜੀ ਇੰਨਾ ਟਾਈਮ ਅਸੀਂ ਲਵਾਂਗੇ ਇੰਨੇ ਟਾਈਮ ਦੇ ਵਿੱਚ ਤੁਹਾਨੂੰ ਆਫਰ ਲੈਟਰ ਜਿਹੜੀ ਉਹ ਮਿਲ ਜਾਏਗੀ ਦੇਖੋ ਕਵਿਤਾ ਜੀ ਹਰ ਟਾਈਮ ਸਿਚੁਏਸ਼ਨ ਸੇਮ ਨਹੀਂ ਹੁੰਦੀ ਹੁਣ ਜੇ ਮੈਂ ਕਮਿਟਮੈਂਟ ਕਰਦਾ ਬੱਚਾ ਅੱਜ ਮੇਰੇ ਕੋਲ 14-15 ਤਰੀਕ ਨੂੰ ਅਪਲਾਈ ਕਰ ਰਿਹਾ ਹੈ ਤੇ ਮੈਂ ਕਹਾਂ 20-25 ਦਿਨ ਦੇ ਵਿੱਚ ਆਫਰ ਲੈਟਰ ਆ ਜਾਊਗੀ 10-15 ਦਿਨ ਦੀਆਂ ਵਿੱਚ ਹੌਲੀਡੇਜ਼ ਆ ਗਈਆਂ ਠੀਕ ਹੈ ਇਸ ਕਰਕੇ ਕੋਈ ਵੀ ਚੀਜ਼ ਅਕੋਰਡਿੰਗ ਟੂ ਟਾਈਮ ਹੁੰਦੀ ਆ ਅਕੋਰਡਿੰਗ ਟੂ ਸਮਾਂ ਹੁੰਦੀ ਆ ਹੁਣ ਕ੍ਰਿਸਮਸ ਦੀਆਂ ਛੁੱਟੀਆਂ ਨੂੰ ਵਿੱਚ ਜੇ ਆਪਾਂ ਪਾ ਲਈਏ ਫਿਰ ਤਾਂ ਆਪਾਂ ਲਗਾ ਲਈਏ ਕਿ ਬੱਚਿਆਂ ਦੀਆਂ 1.5-1.5 ਮਹੀਨਾ ਹੋਰ ਆਫਰ ਲੈਟਰ ਜਿਹੜੀਆਂ ਹੋਲਡ ਹੋਣਗੀਆਂ ਠੀਕ ਹੈ ਗੱਲ ਮੁੱਕਦੀ ਇਹ ਆ ਕਿ ਟਾਈਮ ਔਰ ਸਿਚੁਏਸ਼ਨ ਆਪਾਂ ਦੇਖ ਕੇ ਚੱਲੀਏ ਕਿਸੇ ਦੀ ਕਮਿਟਮੈਂਟ ਦੇ ਉੱਤੇ ਜਦੋਂ ਵੀ ਅਸੀਂ ਕਿਸੇ ਨਾਲ ਕਰਦੇ ਹਾਂ ਜਾਂ ਅਸੀਂ ਕਿਤੇ ਦੱਸਦੇ ਹਾਂ ਉਦੋਂ ਸੇਮ ਸਿਚੁਏਸ਼ਨ ਨਹੀਂ ਹੁੰਦੀ ਕਿਉਂਕਿ ਕੋਈ ਇਹ ਪੇਪਰ ਵਰਕ ਨਹੀਂ ਹੈ ਕਿ ਇਹ ਡਾਕੂਮੈਂਟਸ ਦੇ ਦਿੱਤੇ ਬੈਂਕ ਲੋਨ ਆ ਜੀ ਇਹ ਇੰਨੇ ਟਾਈਮ 'ਚ ਹੋ ਜੂਗਾ ਬੈਂਕ ਨੇ ਸਮਾਂ ਦਿੱਤਾ ਸੀ ਕਿਉਂਕਿ ਕਾਲਜ ਯੂਨੀਵਰਸਿਟੀ ਇੰਸਟੀਟਿਊਟ ਹੁਣ ਇਸ ਟਾਈਮ ਹਰ ਕਾਲਜ ਔਰ ਯੂਨੀਵਰਸਿਟੀ ਵੱਲੋਂ ਸਾਨੂੰ ਇਹੀ ਆ ਰਹੀ ਹੈ ਕਿ ਸਾਡੇ ਕੋਲ ਸਟਾਫ ਲੈਸ ਹੈ ਅਸੀਂ ਸਟਾਫ ਲੈਸ ਹੋਣ ਦੀ ਵਜ੍ਹਾ ਦੇ ਨਾਲ ਤੁਹਾਨੂੰ ਆਫਰ ਲੈਟਰ ਇੰਨਾ ਟਾਈਮ ਨਹੀਂ ਪ੍ਰੋਵਾਈਡ ਕਰ ਸਕਦੇ ਸਾਡਾ ਸਟਾਫ ਛੁੱਟੀ ਜਾ ਰਿਹਾ ਆਉਣ ਵਾਲੇ ਟਾਈਮ 'ਚ ਹੋਲੀਡੇਜ਼ ਆ ਅੱਗੇ ਨਿਊਈਅਰ ਤੋਂ ਬਾਅਦ ਵੀ ਕੁਛ ਸਟਾਫ ਜਿਹੜਾ ਹੈ ਉਹ ਜੁਆਇਨ ਨਹੀਂ ਕਰ ਪਾਏਗਾ 10 ਜਨਵਰੀ ਤੱਕ ਸਮਾਂ ਕਾਫੀ ਸਾਡੇ ਲਈ ਡਿਫੀਕਲਟ ਹੈ ਕਿ ਹਰ ਬੱਚੇ ਨੂੰ ਅਸੀਂ ਅੱਗੇ ਜਵਾਬ ਦੇਣਾ ਮੁਸ਼ਕਿਲ ਹੋ ਜਾਂਦਾ ਜੀ ਸੋ ਕਾਫੀ ਟਾਈਮ ਤੋਂ ਸਾਡੇ ਕਾਲਰ ਹੈਲੋ 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 ਹਾਂਜੀ ਸਰ ਸੌਰੀ ਇੰਤਜ਼ਾਰ ਕਰਵਾਇਆ ਤੁਹਾਨੂੰ ਹਾਂਜੀ ਆਵਾਜ਼ ਆ ਰਹੀ ਹੈ ਮੇਰੀ ਹਾਂਜੀ ਸਰ ਮੈਮ ਤੋਂ ਕੁਐਸਚਨ ਪੁੱਛਣਾ ਚਾਹੁੰਦਾ ਸੀ ਹਾਂਜੀ ਸਰ ਇਹਨਾਂ ਦੇ ਮੈਂ ਇੰਸਟਾਗ੍ਰਾਮ ਪੇਜ ਤੇ ਦੇਖਿਆ ਸੀ ਨਾ 12 ਸਾਲ ਤੇ ਗੈਪ ਦੇ ਨਾਲ ਯੂਕੇ ਦਾ ਬੱਚੇ ਦਾ ਵੀਜ਼ਾ ਲੱਗਿਆ ਹੋਇਆ ਸੀ ਓਕੇ ਤਾਂ ਮੇਰੀ ਵਾਈਫ ਦੀ ਪ੍ਰੋਫਾਈਲ ਵੀ ਕੁਝ ਇਦਾਂ ਦੀਆਂ ਹੀ ਹੈ ਮੇਰੀ ਵਾਈਫ ਨੇ ਨਾ ਗ੍ਰੈਜੂਏਸ਼ਨ ਕੀਤੀ ਹੋਈ ਹੈ ਜੀ ਜੀ 2014 ਚ ਓਕੇ ਉਸ ਤੋਂ ਬਾਅਦ ਮਤਲਬ ਕਿ ਵਰਕ ਐਕਸਪੀਰੀਅੰਸ ਹੈਗਾ ਸਾਡੇ ਕੋਲ ਤੇ ਯੂਕੇ ਜਾਣਾ ਚਾਹੁੰਦੇ ਹਾਂ ਬਿਲਕੁਲ ਫੰਡ ਹੈਗੇ ਨੇ ਤੁਹਾਡੇ ਕੋਲ ਆਪਣੇ ਅਰੇਂਜਡ ਨੇ ਹਾਂਜੀ ਹਾਂਜੀ ਉਹ ਤਾਂ ਹੋ ਜਾਂਦੇ ਜੀ ਹੋ ਜਾਣਗੇ ਬਿਲਕੁਲ 14-15 ਸਾਲ ਦਾ ਇੰਸਟਾਗ੍ਰਾਮ ਦੇ ਉੱਤੇ ਵੀ ਸਾਡੇ ਅਪਲੋਡ ਹੋਈਆਂ ਨੇ ਕੁਝ ਪੋਸਟਾਂ ਕੁਝ ਫੇਸਬੁੱਕ ਤੇ ਵੀ ਅਪਲੋਡ ਹੋਈਆਂ ਨੇ 15-15 ਸਾਲ ਦੇ 16-16 ਸਾਲ ਦੇ ਗੈਪ ਨਾਲ ਜਿਹੜੇ ਸਾਡੇ ਵੀਜ਼ਾਸ ਆ ਉਹ ਗ੍ਰਾਂਟ ਹੋਏ ਨੇ ਯੂਕੇ ਦੇ ਤੇ ਤੁਸੀਂ ਵੀ ਉਸ ਚੀਜ਼ ਦਾ ਹਿੱਸਾ ਬਣ ਸਕਦੇ ਹੋ ਬਿਲਕੁਲ ਅਪਲਾਈ ਕਰ ਸਕਦੇ ਹੋ ਜਿਵੇਂ ਇਹਨਾਂ ਨੇ ਦੱਸਿਆ ਇਹਨਾਂ ਦੀ ਵਾਈਫ ਨੇ ਗ੍ਰੈਜੂਏਸ਼ਨ ਕੀਤੀ ਆ 2014 ਦੇ ਵਿੱਚ ਉਸ ਤੋਂ ਬਾਅਦ ਕੰਟੀਨਿਊਸਲੀ ਜੋਬ ਦੇ ਨੇ ਤੇ ਵਰਕ ਐਕਸਪੀਰੀਅੰਸ ਇਹਨਾਂ ਕੋਲ ਆਪਣਾ ਹੈਗਾ ਫੰਡ ਵੀ ਹੈਗੇ ਨਾ ਬਿਲਕੁਲ ਅਪਲਾਈ ਕਰ ਸਕਦੇ ਹੋ ਇਸ ਟਾਈਮ ਮੌਕਾ ਹੈ ਯੂਕੇ ਦੇ ਵਿੱਚ ਵੀਜ਼ਾ ਲਿਆ ਜਾ ਸਕਦਾ ਤੇ ਯੂਕੇ ਦਾ ਸਕਸੈਸ ਰੇਟ ਦੀ ਜੇ ਮੈਂ ਗੱਲ ਕਰਾਂ ਤੇ 99% ਜਿਹੜਾ ਹੈ ਸਕਸੈਸ ਰੇਟ ਜਿਹੜਾ ਹੈ ਨਿਕਲ ਕੇ ਸਾਹਮਣੇ ਆ ਰਿਹਾ 1% ਵੀ ਜੇ ਅਸੀਂ ਫਾਈਲ ਨੂੰ ਤਰੀਕੇ ਨਾਲ ਨਹੀਂ ਲਾਵਾਂਗੇ ਤੇ ਰਿਫਿਊਜ਼ਲ ਦੇ ਰੀਜ਼ਨਸ ਹੈਗੇ ਨੇ ਅਦਰਵਾਈਜ਼ ਯੂਕੇ ਇਸ ਟਾਈਮ ਦਿਲ ਖੋਲ੍ਹ ਕੇ ਵੀਜ਼ਾਸ ਦੇ ਰਿਹਾ ਹੈ ਇਸ ਮੌਕੇ ਦਾ ਫਾਇਦਾ ਚੁੱਕਿਆ ਜਾ ਸਕਦਾ ਹੈ ਜੀ ਸੋ ਯੂਕੇ ਤੁਸੀਂ ਅਪਲਾਈ ਕਰ ਸਕਦੇ ਹੋ ਅੱਛਾ ਇਹਨਾਂ ਨੇ ਮੈਂਸ਼ਨ ਵੀ ਕੀਤਾ ਸਪੈਸ਼ਲੀ ਵੀ ਅਸੀਂ ਤੁਹਾਡੇ ਇੰਸਟਾਗ੍ਰਾਮ ਦੇ ਉੱਪਰ ਦੇਖਿਆ ਸੀਗਾ ਸੋ ਕਾਫੀ ਪ੍ਰਮੋਸ਼ਨ ਚੱਲ ਰਹੀਆਂ ਨੇ ਦੇਖੋ ਕਵਿਤਾ ਜੀ ਕੁਛ
ਚੀਜ਼ਾਂ ਹੁੰਦੀਆਂ ਕਿ ਜਿਹੜੀਆਂ ਸਾਨੂੰ ਵੀ ਹੁੰਦਾ ਕਿ ਸਟੂਡੈਂਟਸ ਤੱਕ ਪਹੁੰਚ ਸਕਣ, ਜੋ ਸਾਡਾ ਸਟੂਡੈਂਟ ਕਈ ਵਾਰ ਕੁਛ ਸਟੂਡੈਂਟ ਸਾਡੇ ਪਿੱਛੇ ਜੇ ਵਿਚਾਰੇ ਕੈਨੇਡਾ ਤੋਂ ਰਿਫਿਊਜ਼ਲ ਹੋ ਚੁੱਕੀਆਂ, ਕੁਛ ਆਸਟ੍ਰੇਲੀਆ ਦੇ ਜਿਨ੍ਹਾਂ ਦੇ ਫੰਡ ਵੈਰੀਫਾਈ ਨਹੀਂ ਹੋ ਪਾਏ ਉਹ ਬੱਚਿਆਂ ਨੇ ਰਿਫਿਊਜ਼ਲ ਲਈਆਂ ਨੇ, ਅਤੇ ਸਾਡੇ ਬ੍ਰੇਨ ਦੇ ਵਿੱਚ ਹੁੰਦਾ ਹੈ ਕਿ ਜੇ ਸਾਡਾ ਕੋਈ ਬੱਚਾ ਜਿਹੜਾ ਸਾਡੇ ਨਾਲ ਅਟੈਚ ਹੈ, ਇੰਸਟਾ ਦੇ ਉੱਤੇ ਅਟੈਚ ਆ ਜਾਂ ਫੇਸਬੁੱਕ 'ਤੇ ਅਟੈਚ ਹੈ, ਕਿਉਂਕਿ ਜਦੋਂ ਬੱਚਾ ਸਾਡੇ ਕੋਲ ਅਪਲਾਈ ਕਰਦਾ ਉਦੋਂ ਕਿਤੇ ਨਾ ਕਿਤੇ ਉਹ ਸਾਡੇ ਪੇਜ ਨੂੰ ਫੋਲੋ ਤਾਂ ਕਰਦਾ ਹੀ ਹੈ, ਅਤੇ ਇਹ ਇਨਫੋਰਮੇਸ਼ਨ ਉਹਨਾਂ ਬੱਚਿਆਂ ਦੇ ਲਈ ਆ ਜਿਹੜੇ ਬੱਚੇ ਵਿਚਾਰੇ ਰਿਫਿਊਜ਼ ਹੋਏ ਨੇ ਜਾਂ ਸਾਡੇ ਤੋਂ ਹੋਏ ਨੇ ਜਾਂ ਕਿਤੋਂ ਹੋਰ ਹੋਏ ਨੇ, ਜਾਂ ਜਿਨ੍ਹਾਂ ਦੇ ਕਈਆਂ ਦੇ ਹਜੇ ਤੱਕ ਆਸਟ੍ਰੇਲੀਆ ਦੇ ਵਿੱਚ ਰਿਜ਼ਲਟਸ ਹੀ ਡਿਕਲੇਅਰ ਨਹੀਂ ਹੋਏ, ਕੁਛ ਪ੍ਰੋਫਾਈਲਸ ਰਿਵਿਊਜ਼ 'ਚ ਪਈਆਂ ਹੋਈਆਂ ਨੇ, ਉਹ ਪ੍ਰੋਫਾਈਲ ਵਾਲੇ ਬੱਚੇ ਵੀ ਇੱਧਰ ਮੋਲਟ ਹੋ ਸਕਦੇ ਨੇ। ਯੂਕੇ ਇਸ ਟਾਈਮ ਬਹੁਤ ਅੱਛੀ ਆਪਸ਼ਨ ਹੈ ਬੱਚਿਆਂ ਦੇ ਲਈ, ਗੈਪ ਵਾਲੇ ਖਾਸ ਕਰਕੇ ਬੱਚਿਆਂ ਦੇ। ਜੀ, ਨੈਕਸਟ ਕਾਲਰ, ਹੈਲੋ। ਹੈਲੋ, ਹਾਂਜੀ ਮੈਡਮ। ਹਾਂਜੀ ਮੈਮ, ਗੁੱਡ ਈਵਨਿੰਗ। ਸਤਿ ਸ਼੍ਰੀ ਅਕਾਲ ਜੀ। ਮਨਜੀਤ, ਆਪਣੀ ਪੂਰੀ ਪ੍ਰੋਫਾਈਲ ਦੱਸ ਦੋ। ਕਦੋਂ? 2020 ਦੇ ਵਿੱਚ। ਓਕੇ, ਤੇ ਹੁਣ ਕੀ ਕਰਦੇ ਹੋ? ਜੋਬ ਕਰਦੇ। ਚਲੋ, ਦਿਸ ਇਜ਼ ਗੁੱਡ ਥਿੰਗ। ਐਂਡ ਤੁਸੀਂ ਵਿਦਆਊਟ ਆਈਲਸ ਅਪਲਾਈ ਕਰਨਾ, ਰਾਈਟ? ਹਾਂਜੀ। ਪਲੱਸ ਟੂ ਦੇ ਨੰਬਰ ਦੱਸੋਗੇ? 70%। ਤੇ ਇੰਗਲਿਸ਼ ਚੋਂ? 69। ਓਕੇ, ਸੋ ਗੁਰਪ੍ਰੀਤ ਮੈਮ, ਤੁਸੀਂ ਕੁਛ ਪੁੱਛਣਾ ਜੀ ਇਹਨਾਂ ਨੂੰ? ਬਿਲਕੁਲ ਨਹੀਂ, ਹੁਣ ਮੈਂ ਕੁਛ ਨਹੀਂ ਪੁੱਛਣਾ। ਫੰਡ ਅਰੇਂਜਡ ਨੇ? ਹੈਲੋ, ਫੰਡਸ? ਹਾਂਜੀ ਮਨਜੀਤ ਮੈਮ ਪੁੱਛ ਰਹੇ ਨੇ, ਤੁਹਾਡੇ ਕੋਲੇ ਫੰਡਸ ਹੈਗੇ ਨੇ ਯੂਕੇ ਵਾਸਤੇ? ਹਾਂਜੀ ਹਾਂਜੀ। ਤੇ 28 ਦਿਨ ਪੁਰਾਣੇ ਚਾਹੀਦੇ ਹੁੰਦੇ ਨੇ ਫੰਡਸ? ਹਾਂਜੀ ਮੈਮ ਹੈਗੇ ਨੇ। ਓਕੇ, ਚਲੋ, ਇੰਨੀ ਇਨਫੋਰਮੇਸ਼ਨ ਹੈਗੀ ਹੈ ਜੀ ਮਨਜੀਤ। ਬਿਲਕੁਲ ਅਪਲਾਈ ਹੋ ਸਕਦਾ, ਅਪਲਾਈ ਕਰ ਸਕਦੇ ਹੋ। ਵਿਦਆਊਟ ਆਈਲੈਟਸ ਇਸ ਟਾਈਮ ESL ਬੇਸ ਦੇ ਜਿਹੜੇ ਵੀਜ਼ਾਸ ਅਸੀਂ ਅਪਲਾਈ ਕਰ ਰਹੇ ਹਾਂ ਉਹਨਾਂ ਦਾ ਸਕਸੈਸ ਰੇਟ ਵੀ ਅੱਛਾ ਹੈ, ਤੁਸੀਂ ਅਪਲਾਈ ਕਰਕੇ ਵੀਜ਼ਾ ਕੱਢ ਸਕਦੇ ਹੋ। ਜੇ ਫੰਡ ਅਰੇਂਜਡ ਨੇ ਤਾਂ ਮਾਰਚ ਲਈ ਵੀ ਟਰਾਈ ਕੀਤਾ ਜਾ ਸਕਦਾ, ਅਪ੍ਰੈਲ ਇਨਟੇਕ ਵੀ ਸਾਡੇ ਕੋਲ ਹੈਗਾ, ਜੂਨ ਜੁਲਾਈ ਅੱਗੇ ਵੀ ਇਨਟੇਕ ਹੈਗਾ। ਬਾਕੀ ਹੁਣ ਤੁਹਾਡੇ 'ਤੇ ਡਿਪੈਂਡ ਕਰ ਰਿਹਾ ਤੁਸੀਂ ਕਦੋਂ ਅਪਲਾਈ ਕਰਨਾ ਹੈ, ਅਪਲਾਈ ਕਰ ਲਓ, ਕਿਉਂਕਿ ਯੂਕੇ ਬਹੁਤ ਖੁੱਲ੍ਹਾ ਟਾਈਮ ਜਿਹੜਾ ਉਹ ਵੀਜ਼ਾ ਨਹੀਂ ਦਿੰਦਾ, ਕੁਛ ਟਾਈਮ ਹੁੰਦਾ ਹੈ ਕਿ ਯੂਕੇ ਉਸ ਤੋਂ ਬਾਅਦ ਬਿਲਕੁਲ ਬੰਦ ਕਰ ਦਿੰਦਾ ਹੈ। ਇਸ ਟਾਈਮ ਮੌਕਾ ਹੈ ਕਿ ਯੂਕੇ 'ਚ ਬੈਨੀਫਿਟ ਲਿਆ ਜਾ ਸਕਦਾ, ਯੂਕੇ ਅਪਲਾਈ ਕੀਤਾ ਜਾ ਸਕਦਾ। ਸੋ ਮਨਜੀਤ, ਬਿਨਾਂ ਦੇਰੀ ਦੇ ਤੁਹਾਨੂੰ ਅਪਲਾਈ ਕਰਨ ਦੀ ਜ਼ਰੂਰਤ ਹੈ ਜੀ ਯੂਕੇ, ਹੁਣ ਤੁਸੀਂ ਅਪਲਾਈ ਕਰ ਸਕਦੇ ਹੋ। ਫਿਰ ਆਉਣ ਵਾਲੇ ਸਮੇਂ ਦਾ ਮੈਂ ਹਮੇਸ਼ਾ ਹੀ ਕਿਹਾ ਜੀ, ਨਹੀਂ ਪਤਾ ਵੀ ਕੱਲ੍ਹ ਕੀ ਹੋਣਾ ਹੈ ਕੀ ਨਹੀਂ ਹੋਣਾ। ਮਾਈਟ ਵੀ ਕਿ ਹਾਂਜੀ ਕੱਲ੍ਹ ਨੂੰ ਯੂਕੇ ਬਿਲਕੁਲ ਹੀ ਬੰਦ ਹੋ ਜਾਵੇ ਕਿ ਹਾਂਜੀ ਸਾਡਾ ਕੋਟਾ ਹੁਣ ਪੂਰਾ ਹੋ ਗਿਆ, ਜਿੰਨੇ ਸਾਨੂੰ ਸਟੂਡੈਂਟਸ ਚਾਹੀਦੇ ਸੀ, ਜਿੰਨੀ ਸਾਨੂੰ ਲੇਬਰ ਚਾਹੀਦੀ ਸੀ ਉਹ ਕੰਪਲੀਟ ਹੋ ਗਈ ਹੈ, ਹੁਣ ਸਾਨੂੰ ਕੋਈ ਨਹੀਂ ਚਾਹੀਦਾ। ਜਾਂ ਫਿਰ ਕਿ ਹਾਂਜੀ ਹੁਣ ਸਾਨੂੰ ਆਇਲਸ ਵਾਲੇ ਹੀ ਸਟੂਡੈਂਟ ਚਾਹੀਦੇ ਨੇ। ਅੱਛਾ, ਫਿਰ ਆਇਲਸ ਦੀ ਵੀ ਰਿਕੁਆਇਰਮੈਂਟ ਦਾ ਕੁਛ ਵੀ ਪਤਾ? ਬਿਲਕੁਲ, ਕਿਹੜੀ ਕੰਟਰੀ ਕਰੋ ਚੇਂਜ ਕਰੋ? 2023 ਜਿਹੜਾ ਕੀ ਆਉਣ ਵਾਲਾ ਉਸ ਦੇ ਵਿੱਚ ਕੋਈ ਚੇਂਜਸ ਆ ਜੇ, ਫਿਲਹਾਲ ਸਾਡੇ ਕੋਲ ਕੋਈ ਅਪਡੇਸ਼ਨ ਨਹੀਂ ਹੈ ਕੋਈ। ਮੈਂ ਉਹਦੇ ਵਿੱਚ ਬੱਚੇ ਨੂੰ ਭੁਲੇਖੇ ਦੇ ਵਿੱਚ ਨਹੀਂ ਪਾਉਣਾ ਚਾਹੁੰਦੀ, ਕਿਸੇ ਤਰ੍ਹਾਂ ਦਾ ਵੀ ਕੋਈ ਪੈਨਿਕ ਮਾਹੌਲ ਨਹੀਂ ਕ੍ਰੀਏਟ ਕਰਨਾ ਚਾਹੁੰਦੀ। ਫਿਲਹਾਲ ਕੋਈ ਅਪਡੇਸ਼ਨ ਹਜੇ ਤੱਕ ਸਾਡੇ ਕੋਲ ਕਿਸੇ ਵੀ ਕੰਟਰੀ ਵੱਲੋਂ ਨਹੀਂ ਹੈ, ਪਰ ਹਰ ਵਾਰ ਕਿਤੇ ਨਾ ਕਿਤੇ ਜਦੋਂ ਨਿਊ ਈਅਰ ਤੋਂ ਬਾਅਦ ਮੇਜਰ ਚੇਂਜਸ ਆਈਆਂ ਹੈ ਅਤੇ ਉਹਨਾਂ ਨੂੰ ਆਪਾਂ ਧਿਆਨ 'ਚ ਰੱਖਦੇ ਰੱਖਦੇ ਹੁਣ ਸਮਾਂ ਹੈਗਾ ਆਪਾਂ ਅਪਲਾਈ ਕਰ ਲਈਏ, ਕਿਉਂਕਿ ਜੇ ਉਹਨਾਂ ਨੇ ਅੱਗੇ ਚੇਂਜਿੰਗ 2023 ਦੇ ਵਿੱਚ ਕੁਛ ਕੀਤੀਆਂ, ਹੋ ਸਕਦਾ ਹੈ ਕਿਤੇ ਨਾ ਕਿਤੇ ਆਈਲੈਟਸ ਨਾਲ ਲਾਗੂ ਕਰ ਦੇਣ ਕਿ ਇੰਨੇ ਆਈਲੈਟ ਸਕੋਰ ਵਾਲਾ ਬੱਚਾ ਅਪਲਾਈ ਕਰ ਸਕਦਾ ਹੈ ਜਾਂ ਗੈਪ ਵਾਲਾ ਬੱਚਾ ਅਪਲਾਈ ਨਹੀਂ ਕਰ ਸਕਦਾ, ਅਤੇ ਫਿਰ ਥੋੜ੍ਹਾ ਔਖਾ ਹੋ ਜਾਊਗਾ ਸਾਡੇ ਜਿਹੜੇ ਗੈਪ ਵਾਲੇ ਬੱਚੇ ਆ, ਘੱਟ ਆਈਲੈਟ ਸਕੋਰ ਵਾਲੇ ਬੱਚੇ ਆ, ਜਾਂ ਜਿਹੜੇ ਵਿਦਆਊਟ ਆਈਲੈਟਸ ਅਪਲਾਈ ਕਰਨਾ ਚਾਹੁੰਦੇ ਆ। ਹੁਣ ਇਸ ਟਾਈਮ ਬਹੁਤ ਅੱਛਾ ਮੌਕਾ ਹੈ ਜਿਹੜਾ ਯੂਕੇ ਸਾਨੂੰ ਦੇ ਰਿਹਾ, ਉਹਦਾ ਅਸੀਂ ਬੈਨੀਫਿਟ ਲੈ ਸਕਦੇ ਹਾਂ ਜੀ। ਸੋ ਹੁਣ ਹਰ ਕੰਟਰੀ ਫਿਲਹਾਲ ਤਾਂ ਜੀ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਵੈਲਕਮ ਕਰ ਰਹੀ ਹੈ ਕਿ ਤੁਸੀਂ ਅਪਲਾਈ ਕਰੋ ਜੈਨੂਅਨ ਵੇ ਦੇ ਨਾਲ, ਵਧੀਆ ਆਪਣੇ ਜਿਹੜੇ ਓਰੀਜਨਲ ਡਾਕੂਮੈਂਟਸ ਨੇ ਉਹਨਾਂ ਦੇ ਨਾਲ, ਅਤੇ ਤੁਸੀਂ ਵੀਜ਼ਾ ਹਾਸਲ ਕਰ ਸਕਦੇ ਹੋ। ਸੋ ਇਸ ਤੋਂ ਇਲਾਵਾ ਜੀ ਜਿਨ੍ਹਾਂ ਨੇ ਟੂਰਿਸਟ ਵੀਜ਼ਾ, ਵਿਜ਼ਟਰ ਵੀਜ਼ਾ ਦੇ ਉੱਤੇ ਜਾਂ ਕਿਸੇ ਹੋਰ ਕੈਟੇਗਰੀ ਦੇ ਬਾਰੇ ਇਨਫੋਰਮੇਸ਼ਨ ਲੈਣੀ ਹੈ ਤਾਂ ਤੁਸੀਂ ਸੇਮ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ। ਸੋ ਮੈਡਮ ਗੁਰਪ੍ਰੀਤ, ਸਾਡੇ ਨਾਲ ਜਾਣ ਤੋਂ ਪਹਿਲਾਂ ਕੋਈ ਟਿਪ ਦੇਣਾ ਚਾਹੋਗੇ ਜੀ ਸਾਡੇ ਸਟੂਡੈਂਟਸ ਨੂੰ ਅਪਲਾਈ ਕਰਨ ਵੇਲੇ ਕਿਹੜੀਆਂ ਗੱਲਾਂ ਧਿਆਨ 'ਚ ਰੱਖਣੀਆਂ? ਦੇਖੋ ਜੀ, ਨਵਾਂ ਸਾਲ ਆਉਣ ਵਾਲਾ ਹੈ, 2023 ਜਿਹੜੇ ਸਟੂਡੈਂਟ ਸਾਡੇ ਬੈਠੇ ਨੇ, ਗੈਪ ਨਾ ਪਾਇਆ ਕਰੋ, ਵਿਦਆਊਟ ਗੈਪ ਆਪਾਂ ਅਪਲਾਈ ਕਰੀਏ। ਇਸ ਟਾਈਮ ਗੈਪ ਵਾਲੇ ਸਟੂਡੈਂਟਸ ਦੇ ਲਈ ਚੰਗਾ ਮੌਕਾ ਹੈ ਕਿ ਅਸੀਂ ਬੈਨੀਫਿਟ ਲੈ ਕੇ ਯੂਕੇ ਅਪਲਾਈ ਕਰ ਲਈਏ। ਜੇ ਆਸਟ੍ਰੇਲੀਆ ਤੋਂ ਅਪਲਾਈ ਜਿਹੜਾ ਹੈ ਰਿਫਿਊਜ਼ ਹੋ ਚੁੱਕਿਆ, ਜਾਂ ਕੈਨੇਡਾ ਤੋਂ ਰਿਫਿਊਜ਼ ਹੋ ਚੁੱਕਿਆ, ਜਾਂ ਬੱਚੇ ਦਾ ਗੈਪ ਪੈ ਚੁੱਕਿਆ, ਜਾਂ ਆਈਲੈਟਸ ਨਹੀਂ ਕਰ ਪਾ ਰਿਹਾ, ਇਸ ਟਾਈਮ ਮੌਕਾ
ਪੱਕਾ ਹੈ ਯੂਕੇ ਦੇ ਵਿੱਚ ਅਪਲਾਈ ਕਰਨ ਦਾ, ਔਰ ਨਿਊਜ਼ੀਲੈਂਡ ਓਪਨ ਹੋ ਚੁੱਕਿਆ ਹੈ, ਨਿਊਜ਼ੀਲੈਂਡ ਲਈ ਵੀ ਮੋਸਟ ਵੈਲਕਮ ਬੱਚਿਆਂ ਦੇ ਲਈ ਜਿਹੜਾ ਹੈ ਕੀਤਾ ਜਾ ਰਿਹਾ ਹੈ। ਔਰ ਦੂਸਰੀ ਗੱਲ ਇਹ ਆ ਕਿ ਨਿਊਜ਼ੀਲੈਂਡ ਔਰ ਆਸਟ੍ਰੇਲੀਆ ਦਾ ਅਸੀਂ ਪਾਥਵੇ ਪ੍ਰੋਗਰਾਮ ਵੀ ਜਿਹੜਾ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਆਸਟ੍ਰੇਲੀਆ ਦੇ ਸਕਸੈਸ ਰੇਟ ਘਟਣ ਤੋਂ ਬਾਅਦ ਅਸੀਂ ਆਪਣੇ ਬੱਚਿਆਂ ਨੂੰ ਨਿਊਜ਼ੀਲੈਂਡ ਮੋਲਡ ਹੋਣ ਦੀ ਸੁਜੈਸ਼ਨ ਦੇ ਰਹੇ ਹਾਂ। ਅਤੇ ਉਹਦੇ ਵਿੱਚ ਜੇ ਸਾਡੇ ਕੁਛ ਬੱਚੇ ਆਸਟ੍ਰੇਲੀਆ ਸੈਟਲ ਹੋਣਾ ਚਾਹੁੰਦੇ ਆ, ਇੱਕ ਵਾਰ ਨਿਊਜ਼ੀਲੈਂਡ ਆਪਣੀ ਵੀਜ਼ਾ ਗ੍ਰਾਂਟ ਕਰਾ ਕੇ ਉੱਥੇ ਚਲੇ ਜਾਓ, ਉਸ ਤੋਂ ਬਾਅਦ ਅਸੀਂ ਕੋਈ ਨਾ ਕੋਈ ਪਾਥਵੇ ਪ੍ਰੋਗਰਾਮ ਜ਼ਰੂਰ ਕੱਢਾਂਗੇ ਜਿਹੜਾ ਕਿ ਬੱਚਿਆਂ ਲਈ ਅੱਗੇ ਜਿਹੜੇ ਆਸਟ੍ਰੇਲੀਆ ਸੈਟਲ ਹੋਣਾ ਚਾਹੁੰਦੇ ਆ ਅਤੇ ਉਹਨਾਂ ਨੂੰ ਸੈਟਲ ਹੋਣ ਦੇ ਵਿੱਚ ਪੂਰੀ ਹੈਲਪ ਕੀਤੀ ਜਾਵੇ ਜੀ। ਸੋ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਗੁਰਪ੍ਰੀਤ ਮੈਮ ਫੋਰ ਬੀਇੰਗ ਵਿਦ ਅਸ। ਥੈਂਕ ਯੂ ਜੀ। ਇਸੇ ਦੇ ਨਾਲ ਜੀ ਹੁੰਦੇ ਹੋ ਇਜਾਜ਼ਤ, ਨੈਕਸਟ ਟਾਈਮ ਮੁਲਾਕਾਤ ਕਰਾਂਗੇ ਜੀ, ਐਂਡ ਆਈ ਐਮ ਸ਼ੋਰ ਕਿ ਅੱਜ ਦੀ ਇਨਫੋਰਮੇਸ਼ਨ ਤੁਹਾਨੂੰ ਜ਼ਰੂਰ ਕੰਮ ਆਏ, ਅਤੇ ਆਪਣਾ ਖਿਆਲ ਰੱਖੋ, ਨੈਕਸਟ ਟਾਈਮ ਮੁਲਾਕਾਤ ਕਰਦੇ ਹਾਂ, ਧੰਨਵਾਦ।